ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਗਿਲਸ ਮੈਂਟੋਰ ਈ ਲਰਨਿੰਗ ਪਲੇਟਫਾਰਮ 'ਤੇ ਤੁਹਾਡਾ ਸਭ ਦਾ ਸਵਾਗਤ ਹੈ, ਜਿੱਥੇ ਤੁਸੀਂ ਸਾਡੇ ਚੈਨਲ ਨਾਲ ਜੁੜ ਕੇ ਸਾਡੀਆਂ ਲਾਈਵ ਕਲਾਸਿਸ ਜੁਆਇਨ ਕਰਕੇ, ਸਾਡੇ ਕੋਰਸ ਜੁਆਇਨ ਕਰਕੇ, ਆਪਣੇ ਕਿਸੇ ਵੀ ਇਗਜ਼ਾਮ ਦੀ ਪ੍ਰੈਪਰੇਸ਼ਨ ਕਰਕੇ ਆਪਣੇ ਜੋਬ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ। ਤੁਸੀਂ ਸਾਡੀਆਂ ਡੇਲੀ ਜੋ ਲਾਈਵ ਕਲਾਸਿਸ ਚੱਲ ਰਹੀਆਂ ਉਹ ਜੁਆਇਨ ਕਰ ਸਕਦੇ ਹੋ, ਕ੍ਰੈਸ਼ ਕੋਰਸ ਜੁਆਇਨ ਕਰ ਸਕਦੇ ਹੋ, ਔਰ ਆਪਣੇ ਇਗਜ਼ਾਮ ਦੀ, ਚਾਹੇ ਤੁਹਾਡਾ ਕੋਈ ਸਟੇਟ ਲੈਵਲ ਦਾ ਇਗਜ਼ਾਮ ਹੈ, ਚਾਹੇ ਕੋਈ ਸੈਂਟਰ ਲੈਵਲ ਦਾ ਇਗਜ਼ਾਮ ਹੈ, ਸਾਰੇ ਇਗਜ਼ਾਮਸ ਦੀ ਪ੍ਰੈਪਰੇਸ਼ਨ ਕਰ ਸਕਦੇ ਹੋ। ਜੇਕਰ ਤੁਸੀਂ ਚੈਨਲ 'ਤੇ ਫਸਟ ਟਾਈਮ ਆਏ ਹੋ ਤਾਂ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਔਰ ਨਾਲ ਹੀ ਜੋ ਬੈੱਲ ਆਈਕਨ ਹੈ ਉਸਨੂੰ ਪ੍ਰੈਸ ਕਰ ਦਿਉ, ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ, ਜੋ ਕਿ ਸਭ ਦੇ ਲਈ ਇੰਪੋਰਟੈਂਟ ਹੈ। ਤੁਸੀਂ ਯੂਟਿਊਬ 'ਤੇ ਜਾ ਕੇ ਗਿਲਸ ਮੈਂਟੋਰ ਈ ਲਰਨਿੰਗ ਪਲੇਟਫਾਰਮ ਦੇ ਨਾਂ 'ਤੇ ਸਾਡਾ ਚੈਨਲ ਸਰਚ ਕਰ ਸਕਦੇ ਹੋ। ਉੱਥੇ ਤੁਹਾਨੂੰ ਸਾਡੀ ਸਾਰੀਆਂ ਜਿਹੜੀਆਂ ਵੀਡੀਓਜ਼ ਹੈ ਉਹਨਾਂ ਦੀ ਪਲੇਲਿਸਟ ਮਿਲ ਜੂਗੀ, ਉਹਨਾਂ ਨੂੰ ਤੁਸੀਂ ਵਨ ਬਾਏ ਵਨ ਕਰਕੇ ਦੇਖ ਸਕਦੇ ਹੋ। ਜਿਹੜੇ ਲੈਕਚਰਸ ਆ ਸਾਰੇ ਉੱਥੇ ਤੁਹਾਨੂੰ ਮਿਲ ਜਾਣਗੇ। ਉੱਥੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਸਾਡੇ ਇੰਸਟਾਗ੍ਰਾਮ, ਟੈਲੀਗ੍ਰਾਮ, ਵਟਸਐਪ ਗਰੁੱਪ ਦੇ ਲਿੰਕ ਵੀ ਮਿਲ ਜਾਣਗੇ। ਤੁਸੀਂ ਸਾਡਾ ਗਰੁੱਪ ਜੁਆਇਨ ਕਰ ਸਕਦੇ ਹੋ, ਜਿੱਥੇ ਤੁਹਾਨੂੰ PDF ਨੋਟਸ ਜਾਂ ਜਿਹੜੀਆਂ ਕਲਾਸਿਸ ਹੈ ਉਹਨਾਂ ਦੀ ਇਨਫੋਰਮੇਸ਼ਨ ਹੈ ਜਿਹੜੀ ਮਿਲ ਜੂਗੀ। ਵੀਡੀਓਜ਼ ਨੂੰ ਵੱਧ ਤੋਂ ਵੱਧ, ਜਿਹੜੀ ਵੀ ਤੁਸੀਂ ਵੀਡੀਓ ਦੇਖਦੇ ਹੋ, ਸੈਸ਼ਨ ਦੇਖਦੇ ਹੋ, ਉਸਨੂੰ ਲਾਈਕ ਅਤੇ ਸ਼ੇਅਰ ਕਰਿਆ ਦਿਆ ਕਰੋ ਆਪਣੇ ਫਰੈਂਡਸ ਦੇ ਨਾਲ, ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਦੇ ਨਾਲ, ਜਿਹੜਾ ਵੀ ਤੁਹਾਨੂੰ ਲੱਗਦਾ ਹੈ ਕਿ ਕੋਈ ਵੀ ਹੋਰ ਬੰਦਾ ਪ੍ਰੈਪਰੇਸ਼ਨ ਕਰ ਰਿਹਾ ਕਿਸੇ ਵੀ ਤਰ੍ਹਾਂ ਦੇ ਇਗਜ਼ਾਮ ਦੀ, ਉਸਦੇ ਨਾਲ ਜ਼ਰੂਰ ਸ਼ੇਅਰ ਕਰਦਿਆ ਕਰੋ, ਤਾਂ ਕਿ ਉਹਨਾਂ ਤੱਕ ਵੀ ਜਿਹੜੀ ਇਹ ਇੰਪੋਰਟੈਂਟ ਇਨਫੋਰਮੇਸ਼ਨ ਹੈ ਉਹ ਪਹੁੰਚ ਜਾਵੇ, ਕੋਈ ਵੀ ਇਨਫੋਰਮੇਸ਼ਨ ਜਿਹੜੀ ਉਹ ਮਿਸ ਨਾ ਹੋਵੇ। ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੋਰਸ ਲੈਣਾ ਚਾਹੁੰਦੇ ਹੋ, ਜਿਹੜੇ ਕਿ ਅਪਕਮਿੰਗ ਇਗਜ਼ਾਮ ਆ ਰਹੇ ਉਹਨਾਂ ਦੇ ਨਾਲ ਦੇ, ਜਿਵੇਂ IBPS, RRB ਹੋ ਗਿਆ, NTPC ਦਾ ਇਗਜ਼ਾਮ ਹੋ ਗਿਆ, ਠੀਕ ਹੈ, ਪੰਜਾਬ ਪਟਵਾਰੀ ਦਾ ਹੋ ਗਿਆ, ਪੰਜਾਬ ਦੇ ਵਿੱਚ ਸਬ ਇੰਸਪੈਕਟਰ ਦੀਆਂ ਪੋਸਟਾਂ ਦਾ ਇਗਜ਼ਾਮ ਹੋ ਗਿਆ, ਵਾਰਡ ਅਟੈਂਡੈਂਟ ਦੀਆਂ ਪੋਸਟਾਂ ਹੋ ਗਈਆਂ, ਇਹਨਾਂ ਸਭ ਦੇ ਕ੍ਰੈਸ਼ ਕੋਰਸ ਚੱਲ ਰਹੇ ਹੈ, ਔਰ ਟੈਸਟ ਸੀਰੀਜ਼ ਵੀ ਇਹਨਾਂ ਸਭ ਦੀ ਅਵੇਲੇਬਲ ਹੈ। ਉਹ ਸਾਡੀ ਵੈਬਸਾਈਟ 'ਤੇ ਤੁਸੀਂ ਜਾ ਸਕਦੇ ਹੋ। ਸਾਡੀ ਵੈਬਸਾਈਟ ਹੈ www.gilsmentortest.com, ਉਸ 'ਤੇ ਜਾ ਕੇ ਤੁਸੀਂ ਉੱਥੋਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਜੋ ਤੁਸੀਂ ਜਿੰਨੇ ਟੈਸਟ ਵਾਲੀ ਤੁਸੀਂ ਸੀਰੀਜ਼ ਲੈਣਾ ਚਾਹੁੰਦੇ ਹੋ, ਜਿਹੜਾ ਤੁਸੀਂ ਕੋਰਸ ਜੁਆਇਨ ਕਰਨਾ ਚਾਹੁੰਦੇ ਹੋ, ਉੱਥੇ ਜਾ ਕੇ ਤੁਸੀਂ ਐਨਰੋਲ ਕਰ ਸਕਦੇ ਹੋ, ਔਰ ਬਾਏ ਕਰਕੇ ਆਪਣੀ ਪ੍ਰੈਪਰੇਸ਼ਨ ਜਿਹੜੀ ਉਹ ਕੰਟੀਨਿਊ ਕਰ ਸਕਦੇ ਹੋ। ਤੁਸੀਂ ਗੂਗਲ ਪਲੇ ਦੇ ਵਿੱਚ ਜਾ ਕੇ ਸਾਡੀ ਐਪ ਗਿਲਸ ਮੈਂਟੋਰ ਈ ਲਰਨਿੰਗ ਪਲੇਟਫਾਰਮ ਦੇ ਨਾਂ ਤੋਂ ਇੰਸਟਾਲ ਕਰ ਸਕਦੇ ਹੋ, ਔਰ ਇਸ ਐਪ ਦਾ ਜਿਹੜਾ ਲਿੰਕ ਹੈ ਉਹ ਤੁਹਾਨੂੰ ਡਿਸਕ੍ਰਿਪਸ਼ਨ 'ਚ ਵੀ ਮਿਲ ਜੂਗਾ ਇਸ ਵੀਡੀਓ ਦੇ, ਉੱਥੋਂ ਵੀ ਤੁਸੀਂ ਜਿਹੜੀ ਸਾਡੀ ਐਪ ਆ ਉਹ ਇੰਸਟਾਲ ਕਰ ਸਕਦੇ ਹੋ। ਉਸ 'ਤੇ ਤੁਹਾਨੂੰ ਸਾਡੇ ਜਿਹੜੇ ਕੋਰਸ ਹੈ ਉਹਨਾਂ ਦੇ ਰਿਲੇਟਿਡ ਵੀ ਇਨਫੋਰਮੇਸ਼ਨ ਮਿਲ ਜੂਗੀ, ਔਰ ਜਿਹੜੀਆਂ ਸਾਡੀਆਂ PDF ਹੈ, ਈ-ਬੁੱਕਸ ਹੈ, ਉਹ ਸਾਰੀ ਇਨਫੋਰਮੇਸ਼ਨ ਉੱਥੇ ਅਵੇਲੇਬਲ ਹੈ, ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਅੱਗੇ ਜੀ, ਇਹ ਕੁਛ ਬੈਚ ਸਟਾਰਟ ਹੋ ਚੁੱਕੇ ਹੈ, ਜਿਵੇਂ IBPS RRB ਹੋ ਗਿਆ, ਪੰਜਾਬ ਪੁਲਿਸ SI ਬੈਚ ਹੋ ਗਿਆ, ਪੰਜਾਬ ਪਟਵਾਰੀ ਹੋ ਗਿਆ, JEE ਹੋ ਗਿਆ, ਅੱਗੇ ਵਾਰਡ ਅਟੈਂਡੈਂਟ ਦੀਆਂ ਪੋਸਟਾਂ ਲਈ ਹੋ ਗਿਆ। ਇਹ ਸਾਰੇ ਜਿਹੜੇ ਬੈਚ ਆ ਇਹ ਸਟਾਰਟ ਹੋ ਚੁੱਕੇ ਆ, ਇਹ ਤੁਸੀਂ ਜੁਆਇਨ ਕਰ ਸਕਦੇ ਹੋ, ਔਰ ਆਪਣੇ ਇਗਜ਼ਾਮਸ ਦੀ ਪ੍ਰੈਪਰੇਸ਼ਨ ਆ ਜਿਹੜੀ ਉਹ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਇਹ ਸੀ ਕੁਛ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਤੁਹਾਡੇ ਨਾਲ ਸ਼ੇਅਰ ਕੀਤੀ ਗਈ ਹੈ। ਹੁਣ ਆਪਾਂ ਚੱਲਦੇ ਹਾਂ ਆਪਣੀ ਅੱਜ ਦੀ ਕਲਾਸ ਵੱਲ। ਆਪਾਂ ਜੀ ਆਪਣਾ ਟੌਪਿਕ ਕਰ ਰਹੇ ਹਾਂ
ਬਹੁ ਵਿਕਲਪੀ ਪ੍ਰਸ਼ਨ ਯਾਨੀ ਕਿ ਐਮ ਸੀ ਕਿਊਜ ਜਿਸ ਦਾ ਆਪਣਾ ਅੱਜ ਆਪਾਂ 16th ਪਾਰਟ ਕਰਨ ਜਾ ਰਹੇ ਹਾਂ ਔਰ ਆਪਾਂ ਐਮ ਸੀ ਕਿਊਜ ਉਹ ਕਰ ਰਹੇ ਹਾਂ ਜਿਹੜੇ ਆਪਣੇ ਪ੍ਰੀਵੀਅਸ ਇਗਜ਼ਾਮਸ ਦੇ ਵਿੱਚ ਆਏ ਹੋਏ ਹੈ। ਤਾਂ ਆਪਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦੀ ਕਲਾਸ, ਆਪਾਂ ਚੱਲਦੇ ਹਾਂ ਫਸਟ ਪ੍ਰਸ਼ਨ ਵੱਲ। ਆਪਣਾ ਅੱਜ ਦਾ ਪਹਿਲਾ ਪ੍ਰਸ਼ਨ ਹੈ, ਜੋ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਉਹ ਆਪਸ਼ਨ ਊੜਾ ਕਿਰਿਆ ਵਿਸ਼ੇਸ਼ਣ ਹੁੰਦਾ, ਆਪਸ਼ਨ ਆੜਾ ਵਿਸ਼ੇਸ਼ਣ ਹੁੰਦਾ, ਆਪਸ਼ਨ ਈਡੀ ਕਾਰਕ ਹੁੰਦਾ ਔਰ ਆਪਸ਼ਨ ਸੱਸਾ ਕੋਈ ਵੀ ਨਹੀਂ। ਤਾਂ ਜਿਹੜਾ ਸ਼ਬਦ ਕਿਰਿਆ ਦੀ ਵਿਸ਼ੇਸ਼ਤਾ ਦੱਸੇ ਉਹ ਕੀ ਹੋਊਗਾ ਜੀ? ਕਿਰਿਆ ਵਿਸ਼ੇਸ਼ਣ। ਤਾਂ ਆਪਸ਼ਨ ਊੜਾ ਇਸਦਾ ਸਹੀ ਉੱਤਰ ਹੈ। ਅੱਗੇ ਆ ਗਿਆ ਜੀ ਪ੍ਰਸ਼ਨ ਨੰਬਰ 2, ਖਬਰਦਾਰ ਜੇ ਉਸ ਨੂੰ ਕੁਝ ਕਿਹਾ ਤਾਂ, ਵਾਕ ਵਿੱਚ ਖਬਰਦਾਰ ਕੀ ਹੈ? ਤਾਂ ਆਪਣੇ ਕੋਲ ਵਾਕ ਦਿੱਤਾ ਗਿਆ ਆਪਾਂ ਨੂੰ ਖਬਰਦਾਰ ਜੇ ਉਸ ਨੂੰ ਕੁਝ ਕਿਹਾ ਤਾਂ, ਉਸਦੇ ਵਿੱਚ ਆਪਾਂ ਨੂੰ ਖਬਰਦਾਰ ਪੁੱਛਿਆ ਕਿ ਖਬਰਦਾਰ ਕੀ ਹੈ। ਤਾਂ ਆਪਣੇ ਆਪਸ਼ਨ ਹੈ ਆਪਸ਼ਨ ਊੜਾ ਸੰਬੰਧਕ, ਆਪਸ਼ਨ ਆੜਾ ਵਿਸਮਿਕ, ਆਪਸ਼ਨ ਈੜੀ ਜੋਜਕ, ਆਪਸ਼ਨ ਸੱਸਾ ਕਾਰਕ। ਤਾਂ ਜਿਹੜਾ ਖਬਰਦਾਰ ਹੈ ਉਹ ਜਿਵੇਂ ਵਾਕ ਨੂੰ ਆਪਾਂ ਨੂੰ ਦੇਖਣ ਤੋਂ ਪਤਾ ਹੀ ਲੱਗ ਰਿਹਾ ਕਿ ਉਸਦੇ ਪਿੱਛੇ ਕੀ ਹੈ, ਵਿਸਮਿਕ ਦਾ ਜਿਹੜਾ ਚਿੰਨ੍ਹ ਲੱਗਿਆ ਹੋਇਆ, ਤਾਂ ਫਿਰ ਉਹ ਕੀ ਹੈ ਆਪਣੇ ਕੋਲ ਖਬਰਦਾਰ ਸ਼ਬਦ ਕੀ ਹੈ ਆਪਣਾ ਵਿਸਮਿਕ। ਤਾਂ ਆਪਸ਼ਨ ਆੜਾ ਇਸਦਾ ਸਹੀ ਉੱਤਰ ਹੈ। ਅੱਗੇ ਪ੍ਰਸ਼ਨ ਨੰਬਰ 3, ਹਾਂ ਵਾਚਕ ਅਤੇ ਨਾਂਹ ਵਾਚਕ ਕਿਹੜੀ ਕਿਸਮ ਦੇ ਵਾਕ ਦੇ ਹਿੱਸੇ ਹਨ? ਜਿਹੜਾ ਹਾਂ ਵਾਚਕ ਅਤੇ ਨਾਂਹ ਵਾਚਕ ਹੈ ਉਹ ਵਾਕ ਦੀ ਜਿਹੜੀ ਕਿਸਮ ਹੈ ਉਸਦੇ ਕਿਹੜੀ ਵਾਕ ਦੀ ਕਿਸਮ ਦੇ ਹਿੱਸੇ ਹੈ? ਆਪਸ਼ਨ ਹੈ ਜੀ ਆਪਸ਼ਨ ਊੜਾ ਸਧਾਰਨ ਜਾਂ ਸਰਲ ਵਾਕ, ਆਪਸ਼ਨ ਆੜਾ ਪ੍ਰਸ਼ਨਵਾਚਕ ਵਾਕ, ਆਪਸ਼ਨ ਈੜੀ ਵਿਸਮਕ ਵਾਕ, ਆਪਸ਼ਨ ਸੱਸਾ ਇੱਛਾਵਾਚਕ ਵਾਕ। ਤਾਂ ਹੁਣ ਹਾਂ ਜਾਂ ਨਾ ਜਿਹੜਾ ਉਹ ਆਪਾਂ ਨੂੰ ਪਤਾ ਹੈ ਕਿ ਪ੍ਰਸ਼ਨਵਾਚਕ ਦੇ ਵਿੱਚ ਵੀ ਹਾਂ ਜਾਂ ਨਾ ਜਿਹੜਾ ਉਹ ਨਹੀਂ ਹੋ ਸਕਦਾ, ਠੀਕ ਹੈ, ਨਹੀਂ ਹੁੰਦਾ। ਵਿਸਮਿਕ ਦੇ ਵਿੱਚ ਵੀ ਹਾਂ ਨਾ ਨਹੀਂ ਹੈ, ਇੱਛਾ ਸੂਚਕ ਦੇ ਵਿੱਚ ਵੀ ਹਾਂ ਜਾਂ ਨਹੀਂ ਹੈ। ਇੱਛਾ ਦੇ ਵਿੱਚ ਤਾਂ ਇੱਛਾ ਹੀ ਜ਼ਾਹਰ ਕੀਤੀ ਜਾਊਗੀ, ਇੱਛਾ ਪ੍ਰਗਟ ਕੀਤੀ ਜਾਊਗੀ, ਉਸਦੇ ਵਿੱਚ ਜਿਹੜੀ ਹਾਂ ਜਾਂ ਨਾ ਵਾਲੀ ਕੋਈ ਕੰਡੀਸ਼ਨ ਜਿਹੜੀ ਉਹ ਨਹੀਂ ਹੁੰਦੀ। ਤਾਂ ਇਹ ਸਿਰਫ ਕਿਸ ਦੀ ਕਿਹੜੀ ਵਾਕ ਦੀ ਕਿਹੜੀ ਕਿਸਮ ਦੇ ਹਿੱਸੇ ਹੋ ਗਏ ਜੀ? ਫਿਰ ਆਪਸ਼ਨ ਊੜਾ ਸਰਲ ਜਾਂ ਸਧਾਰਨ ਵਾਕ। ਪ੍ਰਸ਼ਨ ਨੰਬਰ 4, ਸਹੀ ਵਿਰੋਧੀ ਸ਼ਬਦ ਚੁਣੋ। ਆਪਸ਼ਨ ਊੜਾ ਧੁੱਪ ਸੂਰਜ, ਆਪਸ਼ਨ ਆੜਾ ਧੁੱਪ ਛਾਂ, ਆਪਸ਼ਨ ਈੜੀ ਧੁੱਪ ਮੀਂਹ, ਆਪਸ਼ਨ ਸੱਸਾ ਧੁੱਪ ਹਨੇਰਾ। ਤਾਂ ਜਿਹੜਾ ਸਹੀ ਵਿਰੋਧੀ ਸ਼ਬਦ ਜੋੜਾ ਹੈ ਉਹ ਬਹੁਤ ਸੌਖਾ ਹੈ, ਤੁਹਾਨੂੰ ਪਤਾ ਲੱਗ ਹੀ ਗਿਆ ਉਹ ਹੈ ਜੀ ਆਪਸ਼ਨ ਆੜਾ ਧੁੱਪ ਛਾਂ। ਧੁੱਪ ਦਾ ਕੀ ਵਿਰੋਧੀ ਕੀ ਹੁੰਦਾ? ਛਾਂ। ਜਿਵੇਂ ਧੁੱਪ ਸੂਰਜ, ਤਾਂ ਸੂਰਜ ਹੋਊਗਾ ਤਾਂ ਧੁੱਪ ਹੋਊਗੀ, ਸੇਮ ਹੋ ਗਿਆ, ਠੀਕ ਹੈ। ਧੁੱਪ ਮੀਂਹ ਕੋਈ ਕੰਬੀਨੇਸ਼ਨ ਨਹੀਂ ਬਣਦਾ, ਧੁੱਪ ਹਨੇਰਾ ਵੀ ਨਹੀਂ, ਇਸ ਕਰਕੇ ਧੁੱਪ ਛਾਂ ਜਿਹੜਾ ਉਹ ਸਹੀ ਸ਼ਬਦ ਜੋੜ ਹੈ। ਪ੍ਰਸ਼ਨ ਨੰਬਰ 5, ਸਹੀ ਸਮਾਨਾਰਥਕ ਸ਼ਬਦ ਜੋੜ ਚੁਣੋ। ਆਪਸ਼ਨ ਊੜਾ ਨਵੀਨ ਨਵਾਂ, ਆਪਸ਼ਨ ਆੜਾ ਨਵੀਨ ਪੁਰਾਤਨ, ਆਪਸ਼ਨ ਈੜੀ ਨਵੀਨ ਸੋਹਣਾ, ਆਪਸ਼ਨ ਸੱਸਾ ਨਵੀਨ ਚੰਗਾ। ਤਾਂ ਨਵੀਨ ਜਿਹੜਾ ਸ਼ਬਦ ਇਹਦੇ ਵਿੱਚ ਜਿਹੜਾ ਸਮਾਨਾਰਥਿਕ ਸਹੀ ਸ਼ਬਦ ਜੋੜਾ ਉਹ ਹੈ ਜੀ ਆਪਸ਼ਨ ਊੜਾ ਨਵੀਨ ਨਵਾਂ। ਨਵੀਨ ਦਾ ਮਤਲਬ ਵੀ ਨਵਾਂ ਹੁੰਦਾ ਅਤੇ ਨਵਾਂ ਨਵੀਨ, ਠੀਕ ਹੈ, ਇਹ ਸੇਮ ਥਿੰਗ ਹੈ। ਜਿਹੜਾ ਨਵੀਨ ਹੈ
ਅਤੇ ਪੁਰਾਤਨ ਹੈ ਇਹ ਇੱਕ ਦੂਜੇ ਦੇ ਵਿਰੋਧੀ ਸ਼ਬਦ ਹੈ। ਨਵੀਨ ਦਾ ਮਤਲਬ ਨਵਾਂ ਔਰ ਪੁਰਾਤਨ ਦਾ ਮਤਲਬ ਪੁਰਾਣਾ। ਤਾਂ ਜਿਹੜਾ ਨਵੀਨ ਸੋਹਣਾ ਹੋ ਗਿਆ ਇਹ ਹੋ ਗਿਆ ਨਵੇਂ ਨਵੀਂ ਕੋਈ ਚੀਜ਼ ਹੈ ਉਹਦਾ ਜਿਹੜਾ ਸੋਹਣਾ ਮਤਲਬ ਉਹ ਸੋਹਣੀ ਜਿਵੇਂ ਆਪਾਂ ਕਹਿ ਲਈਏ ਤਾਂ ਉਹਦਾ ਗੁਣ ਹੋ ਗਿਆ। ਤਾਂ ਇਹ ਜਿਹੜਾ ਇਹ ਸਮਾਨਾਰਥਿਕ ਨਹੀਂ ਹੈ ਔਰ ਨਵੀਨ ਚੰਗਾ ਵੀ ਸਮਾਨਾਰਥਿਕ ਨਹੀਂ ਹੈ, ਜਿਹੜਾ ਨਵੀਨ ਨਵਾਂ ਹੈ ਉਹ ਹੀ ਸਮਾਨਾਰਥਿਕ ਹੈ। ਅੱਗੇ ਆਪਣੇ ਕੋਲ ਪ੍ਰਸ਼ਨ ਨੰਬਰ 6 ਆ ਗਿਆ ਜੀ, ਇਹ ਆਪਣੇ ਕੋਲ ਹੈ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਦੇ ਵਿੱਚੋਂ ਜਿਹੜਾ ਚੰਗੇ ਸੁਭਾਅ ਵਾਲਾ ਹੋਵੇ, ਜਿਹੜਾ ਚੰਗੇ ਸੁਭਾਅ ਵਾਲਾ ਹੋਵੇ ਉਸਨੂੰ ਆਪਾਂ ਕੀ ਕਹਿੰਦੇ ਹਾਂ? ਆਪਸ਼ਨ ਊੜਾ ਸੁਸ਼ੀਲ, ਆਪਸ਼ਨ ਆੜਾ ਮਿਲਨਸਾਰ, ਆਪਸ਼ਨ ਈੜੀ ਨੂਰਾਨੀ, ਆਪਸ਼ਨ ਸੱਸਾ ਸਜੀਵ। ਤਾਂ ਜਿਹੜਾ ਚੰਗੇ ਸੁਭਾਅ ਵਾਲਾ ਹੁੰਦਾ, ਜਿਹੜਾ ਮਤਲਬ ਹਰ ਕਿਸੇ ਨਾਲ ਹੱਸ ਕੇ ਬੋਲਦਾ, ਹਰ ਕਿਸੇ ਨੂੰ ਮਿਲਦਾ, ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ? ਮਿਲਨਸਾਰ। ਤਾਂ ਆਪਸ਼ਨ ਆੜਾ ਜਿਹੜਾ ਇਸਦਾ ਉਹ ਸਹੀ ਉੱਤਰ ਹੈ। ਅੱਗੇ ਆ ਗਿਆ ਜੀ, ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 7 ਦੇ ਵਿੱਚ। ਇਸ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ, ਇਹ ਸੁਰਜੀਤ ਦਾ ਚਾਕੂ ਹੈ, ਵਾਕ ਵਿੱਚ ਦਾ ਕਿਸ ਕਿਸਮ ਦਾ ਸੰਬੰਧਕ ਹੈ? ਤਾਂ ਇਹ ਵਾਕ ਦੇ ਵਿੱਚ ਜਿਹੜਾ ਦਾ ਸ਼ਬਦ ਦਿੱਤਾ ਗਿਆ ਉਹ ਆਪਾਂ ਦੱਸਣਾ ਕਿ ਉਹ ਸੰਬੰਧਕ ਦੀ ਕਿਹੜੀ ਕਿਸਮ ਹੈ। ਤਾਂ ਆਪਣੇ ਆਪਸ਼ਨ ਹੈ ਜੀ, ਆਪਸ਼ਨ ਊੜਾ ਦੁਬਾਜਰਾ, ਆਪਸ਼ਨ ਆੜਾ ਅਪੂਰਨ, ਆਪਸ਼ਨ ਈੜੀ ਪੂਰਨ, ਅਤੇ ਆਪਸ਼ਨ ਸੱਸਾ ਸੰਬੰਧਕ। ਤਾਂ ਸੰਬੰਧਕ ਤਾਂ ਹੋ ਨਹੀਂ ਸਕਦਾ ਕਿਉਂਕਿ ਆਪਾਂ ਨੂੰ ਪਤਾ ਕਿ ਇਹ ਸੰਬੰਧਕ ਹੀ ਹੈ, ਉਹ ਤਾਂ ਆਪਾਂ ਨੂੰ ਪਹਿਲਾਂ ਹੀ ਦੱਸਿਆ ਗਿਆ। ਠੀਕ ਹੈ, ਉਹਦੀ ਕਿਸਮ ਪੁੱਛੀ ਗਈ ਹੈ। ਤਾਂ ਇਹ ਜਿਹੜੀਆਂ ਤਿੰਨੋਂ ਹੈ ਇਹ ਕੀ ਹੈ? ਸੰਬੰਧਕ ਦੀਆਂ ਕਿਸਮਾਂ ਹੈ ਆਪਾਂ ਕੀਤੀਆਂ ਹੋਈਆਂ ਨਾ ਪਹਿਲਾਂ। ਤਾਂ ਹੁਣ ਆਪਾਂ ਦੱਸਣਾ ਕਿ ਜਿਹੜਾ ਦਾ ਹੈ ਉਹ ਕਿਹੜੀ ਕਿਸਮ ਦੇ ਵਿੱਚ ਆਉਂਦਾ। ਤਾਂ ਇਹ ਹੈ ਜੀ ਪੂਰਨ, ਆਪਸ਼ਨ ਈੜੀ ਆਪਣਾ ਸਹੀ ਉੱਤਰ ਹੈ। ਦਾ ਸ਼ਬਦ ਹੈ ਜਿਹੜਾ ਉਹ ਕੀ ਹੈ? ਪੂਰਨ ਸੰਬੰਧਕ ਹੈ। ਠੀਕ ਹੈ, ਅੱਗੇ ਆ ਗਿਆ ਪ੍ਰਸ਼ਨ ਨੰਬਰ 8, ਪੰਜਾਬੀ ਵਰਨਮਾਲਾ ਦੇ ਕਿਹੜੇ ਦੋ ਵਰਨਾਂ ਦੀ ਗਿਣਤੀ ਸਭ ਤੋਂ ਵਰਨਾਂ ਦੀ ਸਭ ਤੋਂ ਘੱਟ ਵਰਤੋਂ ਹੁੰਦੀ ਹੈ? ਆਪਣੇ ਆਪਸ਼ਨ ਹੈ, ਆਪਸ਼ਨ ਊੜਾ ਗੰਗਾ ਅਤੇ ਨਾਣਾ, ਆਪਸ਼ਨ ਆੜਾ ਗੰਗਾ ਅਤੇ ਯਈਆਂ, ਆਪਸ਼ਨ ਈੜੀ ਯਈਆਂ ਅਤੇ ਨਾਣਾ, ਆਪਸ਼ਨ ਸੱਸਾ ਕੋਈ ਨਹੀਂ। ਤਾਂ ਇਸ ਦੇ ਵਿੱਚੋਂ ਕੋਈ ਨਹੀਂ ਆਪਸ਼ਨ ਤਾਂ ਆਪਣਾ ਨਹੀਂ ਹੋ ਸਕਦਾ। ਠੀਕ ਹੈ, ਔਰ ਜਿਹੜਾ ਫਸਟ ਔਰ ਥਰਡ ਆਪਸ਼ਨ ਹੈ ਉਸਦੇ ਵਿੱਚ ਨਾਣਾ ਹੈ, ਔਰ ਨਾਣਾ ਤੁਹਾਨੂੰ ਪਤਾ ਹੈ ਬਹੁਤ ਜਗ੍ਹਾ 'ਤੇ ਵਰਤਿਆ ਜਾਂਦਾ, ਇਹਦੀ ਵਰਤੋਂ ਆਮ ਕਰਕੇ ਜ਼ਿਆਦਾਤਰ ਹੁੰਦੀ ਹੈ। ਤਾਂ ਫਿਰ ਆਪਣਾ ਸਹੀ ਆਪਸ਼ਨ ਕਿਹੜਾ ਰਹਿ ਗਿਆ ਇਸ ਦੇ ਵਿੱਚ? ਕਿਉਂਕਿ ਦੋ ਵਰਨ ਪੁੱਛਿਆ, ਆਪਸ਼ਨ ਊੜੇ ਦੇ ਵਿੱਚੋਂ ਵੀ ਇੱਕ ਨਾਣਾ ਹੈ ਤਾਂ ਉਹਦੀ ਵਰਤੋਂ ਹੁੰਦੀ ਹੈ, ਆਪਸ਼ਨ ਈੜੀ ਦੇ ਵਿੱਚੋਂ ਵੀ ਇੱਕ ਨਾਣਾ ਹੈ ਤਾਂ ਉਸਦੀ ਵੀ ਵਰਤੋਂ ਹੁੰਦੀ ਹੈ। ਠੀਕ ਹੈ, ਜਿਹਦੀ ਬਹੁਤ ਘੱਟ ਵਰਤੋਂ ਹੁੰਦੀ ਹੈ ਉਹ ਹੈ ਜੀ ਆਪਸ਼ਨ ਆੜਾ ਗੰਗਾ ਅਤੇ ਨਈਆਂ, ਇਹ ਦੋ ਜਿਹੜੇ ਆ ਇਹਨਾਂ ਦੀ ਜਿਹੜੀ ਵਰਤੋਂ ਹੈ ਇਹ ਬਹੁਤ ਘੱਟ ਹੁੰਦੀ ਹੈ। ਪ੍ਰਸ਼ਨ ਨੰਬਰ 9, ਜਿਨ੍ਹਾਂ ਸ਼ਬਦਾਂ ਦੀ ਸਹਾਇਤਾ ਨਾਲ ਕਿਰਿਆ ਦਾ ਕੰਮ ਹੁੰਦਾ ਹੈ? ਪ੍ਰਸ਼ਨ ਧਿਆਨ ਨਾਲ ਦੇਖ ਲਓ, ਜਿਨ੍ਹਾਂ ਸ਼ਬਦਾਂ ਦੀ ਸਹਾਇਤਾ ਨਾਲ ਕਿਰਿਆ ਦਾ ਕੰਮ ਹੁੰਦਾ ਹੈ ਉਹ ਕੀ ਹੁੰਦੇ ਆ? ਆਪਸ਼ਨ ਊੜਾ ਸੰਬੰਧ ਕਾਰਕ, ਆਪਸ਼ਨ ਆੜਾ ਅਧਿਕਾਰਨ ਕਾਰਕ, ਆਪਸ਼ਨ ਈੜੀ ਕਾਰਨ ਕਾਰਕ, ਅਤੇ ਆਪਸ਼ਨ ਸੱਸਾ ਆਪਾਦਾਨ ਕਾਰਕ। ਤਾਂ ਜਿਨ੍ਹਾਂ ਦੇ ਮਤਲਬ ਜਿਹਦੇ ਕਰਕੇ ਜਿਹਦੇ ਸਹਾਇਤਾ ਨਾਲ ਕੰਮ ਹੁੰਦਾ ਕਿਰਿਆ ਦਾ ਉਹ ਕੀ ਹੁੰਦਾ ਜੀ? ਕਾਰਨ ਕਾਰਕ, ਆਪਸ਼ਨ ਈੜੀ ਇਸਦਾ ਸਹੀ ਉੱਤਰ ਹੈ ਕਿ ਕਿਸੇ ਕੰਮ ਨੂੰ ਕਰਨ ਦਾ ਕੀ ਕਾਰਨ ਹੈ। ਤਾਂ ਉਹ ਜਿਹੜਾ ਹੋ ਗਿਆ ਉਹ ਇਹ ਹੋ ਗਿਆ ਕਿ ਉਸਦੀ ਸਹਾਇਤਾ ਦੇ ਨਾਲ ਇਹ ਕੰਮ ਹੋਇਆ,
ਉਹ ਉਸ ਕੰਮ ਦਾ ਕਾਰਨ ਬਣ ਗਿਆ, ਤਾਂ ਆਪਣਾ ਕਿਹੜਾ ਉਹ ਬਣ ਗਿਆ ਕਾਰਨ, ਕਾਰਕ। ਪ੍ਰਸ਼ਨ ਨੰਬਰ 10, ਪੰਜਾਬੀ ਦੇ ਜਿਹੜੇ ਅੱਖਰਾਂ ਨੂੰ ਕੋਈ ਲਗ ਨਹੀਂ ਲੱਗਦੀ ਉਹ ਕੀ ਹੁੰਦੇ ਆ? ਆਪਸ਼ਨ ਊੜਾ ਮੁਕਤਾ ਹੁੰਦੇ ਹਨ, ਆਪਸ਼ਨ ਆੜਾ ਸਵਰ ਹੁੰਦੇ ਹਨ, ਆਪਸ਼ਨ ਈੜੀ ਵਿਅੰਜਨ ਹੁੰਦੇ ਹਨ, ਆਪਸ਼ਨ ਸੱਸਾ ਲਗਾਖਰ ਹੁੰਦੇ ਹਨ। ਤਾਂ ਜਿਨ੍ਹਾਂ ਨੂੰ ਕੋਈ ਵੀ ਲੱਗ, ਜਿਹੜੀਆਂ ਆਪਣੀਆਂ ਲਗਾ ਮਾਤਰਾ ਜਿਹੜੀ ਆ, ਸਿਆਰੀ ਬਿਆਰੀ ਕੰਨਾ ਔਂਕੜ ਦਰੌਂਕੜ ਹੋੜਾ ਕਨੌੜਾ, ਹੈ ਨਾ, ਮਿੰਦੀ ਟਿੱਪੀ ਲਗਾਖਰ ਵਿੱਚ ਜਿਨ੍ਹਾਂ ਨੂੰ ਕੋਈ ਵੀ ਨਹੀਂ ਲੱਗਦੀ ਉਹ ਕੀ ਹੁੰਦੇ ਆ? ਉਹ ਹੁੰਦੇ ਆ ਜੀ ਆਪਣੇ ਕੋਲੇ ਮੁਕਤਾ। ਆਪਸ਼ਨ ਊੜਾ ਆਪਣਾ ਸਹੀ ਉੱਤਰ ਹੈ। ਇਸ ਦੇ ਵਿੱਚ ਆਪਣੇ ਕੋਲ ਆ ਜਾਂਦੇ ਆ ਘਰ, ਕਲਮ, ਸਰਕ, ਸੜਕ, ਇੱਦਾਂ ਦੇ ਜਿਹੜੇ ਸ਼ਬਦ ਹੈ ਜਿਨ੍ਹਾਂ ਦੇ ਨਾਲ ਕੋਈ ਵੀ ਲਗਾ ਮਾਤਰਾ ਨਹੀਂ ਲੱਗਦੀ ਉਹ ਕੀ ਹੁੰਦੇ ਆ? ਮੁਕਤਾ ਹੁੰਦੇ ਆ। ਠੀਕ ਹੈ, ਅੱਗੇ ਪ੍ਰਸ਼ਨ ਨੰਬਰ 11, ਹੇਠ ਲਿਖੇ ਵਾਕ ਵਿੱਚੋਂ ਕਰਮ ਚੁਣੋ। ਤਾਂ ਆਪਾਂ ਕੀ ਕਰਨਾ? ਕਰਮ ਚੁਣਨਾ ਇਸ ਦੇ ਵਿੱਚੋਂ। ਵਾਕ ਹੈ ਆਪਣੇ ਕੋਲੇ ਜਸਵੀਰ ਨੇ ਪਤੰਗ ਉਡਾਇਆ, ਤਾਂ ਆਪਸ਼ਨ ਹੈ ਆਪਣੇ, ਆਪਸ਼ਨ ਊੜਾ ਜਸਵੀਰ, ਆਪਸ਼ਨ ਆੜਾ ਨੇ, ਆਪਸ਼ਨ ਈੜੀ ਪਤੰਗ, ਅਤੇ ਆਪਸ਼ਨ ਸੱਸਾ ਉਡਾਇਆ। ਤਾਂ ਆਪਾਂ ਕੀ ਚੁਣਨਾ ਜੀ? ਕਰਮ ਚੁਣਨਾ, ਜਾਣੀ ਕਿ ਓਬਜੈਕਟ। ਤਾਂ ਕੀ ਆਪਣੇ ਕੋਲ ਓਬਜੈਕਟ? ਪਤੰਗ, ਆਪਸ਼ਨ ਈੜੀ ਇਸਦਾ ਸਹੀ ਉੱਤਰ ਹੈ, ਕਿਉਂਕਿ ਇਸ ਦੇ ਵਿੱਚ ਵਾਕ ਦੇ ਵਿੱਚ ਆਪਣੇ ਕੋਲ ਜਿਹੜਾ ਕਰਤਾ ਜਸਬੀਰ ਹੈ ਉਹ ਕੀ ਹੋ ਗਿਆ? ਕਰਤਾ। ਪਤੰਗ ਕੀ ਹੋ ਗਿਆ ਆਪਣੇ ਕੋਲ? ਕਰਮ। ਔਰ ਉਡਾਇਆ ਕੀ ਹੋ ਗਿਆ ਆਪਣੇ ਕੋਲ? ਕਿਰਿਆ। ਠੀਕ ਹੈ, ਔਰ ਨੇ ਜਿਹੜਾ ਹੋ ਗਿਆ ਉਹ ਆਪਣੇ ਕੋਲ ਹੋ ਗਿਆ ਸੰਬੰਧਕ। ਤਾਂ ਫਿਰ ਆਪਾਂ ਕਰਮ ਚੁਣਨਾ ਸੀ, ਤਾਂ ਕਰਮ ਆਪਣੇ ਕੋਲ ਕੀ ਆ ਜਾਂਦਾ ਹੈ? ਪਤੰਗ। ਠੀਕ ਹੈ, ਆਪਸ਼ਨ ਈਡੀ ਦਾ ਸਹੀ ਉੱਤਰ ਹੈ। ਅੱਗੇ ਪ੍ਰਸ਼ਨ ਨੰਬਰ 12, ਗੰਗਾ ਨਈਆਂ ਨਾਣਾ ਨੰਨਾ ਅਤੇ ਮੰਮਾ ਗੁਰਮੁਖੀ ਵਿੱਚ ਕੀ ਹਨ? ਇਹ ਜਿਹੜੇ ਪੰਜ ਅੱਖਰ ਆਪਣੇ ਦਿੱਤੇ ਗਏ ਇਹ ਕਹਿੰਦੇ ਪੁੱਛਿਆ ਗੁਰਮੁਖੀ ਵਿੱਚ ਕੀ ਹਨ? ਆਪਸ਼ਨ ਊੜਾ ਵਿਅੰਜਨ, ਆਪਸ਼ਨ ਆੜਾ ਸਵਰ, ਆਪਸ਼ਨ ਈੜੀ ਲਗਾਖਰ, ਔਰ ਆਪਸ਼ਨ ਸੱਸਾ ਅਨੁਨਾਸਕੀ ਵਿਅੰਜਨ। ਤਾਂ ਇਹ ਕੀ ਹੈ ਆਪਣੇ ਕੋਲੇ ਜੀ? ਇਹ ਹੈ ਆਪਣੇ ਕੋਲੇ ਅਨੁਨਾਸਕੀ ਵਿਅੰਜਨ, ਆਪਸ਼ਨ ਸੱਸਾ ਇਸਦਾ ਸਹੀ ਉੱਤਰ ਹੈ। ਅਨੁਨਾਸਕੀ ਵਿਅੰਜਨ ਆਪਣੇ ਕੋਲੇ ਕਿਹੜੇ ਹੁੰਦੇ ਆ? ਅਨੁਨਾਸਕੀ ਵਿਅੰਜਨ ਉਹ ਹੁੰਦੇ ਆ ਜਦੋਂ ਆਪਾਂ ਉਹਨਾਂ ਨੂੰ ਬੋਲਦੇ ਹਾਂ, ਮਤਲਬ ਉਚਾਰਨ ਕਰਦੇ ਹਾਂ, ਤਾਂ ਉਸ ਸਮੇਂ ਕੁਛ ਆਵਾਜ਼ ਆ ਜਿਹੜੀ ਉਹ ਆਪਣੇ ਨੱਕ ਵਿੱਚੋਂ ਨਿਕਲਦੀ ਆ, ਉਹਨੂੰ ਆਪਾਂ ਕੀ ਬੋਲਦੇ ਹਾਂ? ਅਨੁਨਾਸਕੀ ਵਿਅੰਜਨ। ਠੀਕ ਹੈ, ਤੁਸੀਂ ਬੋਲ ਕੇ ਦੇਖ ਸਕਦੇ ਹੋ ਗੰਗਾ, ਤਾਂ ਕੁਛ ਆਵਾਜ਼ ਜਿਹੜੀ ਆਪਣੇ ਨੱਕ ਦੇ ਵਿੱਚੋਂ ਨਿਕਲਦੀ ਆ, ਤਾਂ ਉਹ ਕੀ ਹੁੰਦੇ ਆ? ਅਨੁਨਾਸਕੀ ਵਿਅੰਜਨ। ਚਲੋ ਜੀ ਅੱਗੇ ਚੱਲਦੇ ਹਾਂ। ਪ੍ਰਸ਼ਨ ਨੰਬਰ 13, ਸੁਭਾਗਾ ਦਾ ਵਿਰੋਧੀ ਸ਼ਬਦ ਚੁਣੋ। ਆਪਸ਼ਨ ਹੈ ਜੀ ਕੁਭਾਗਾ, ਅਭਾਗਾ, ਅਨਭਾਗਾ ਅਤੇ ਕੋਈ ਵੀ ਨਹੀਂ। ਤਾਂ ਸੁਭਾਗਾ ਦਾ ਜਿਹੜਾ ਸਹੀ ਵਿਰੋਧੀ ਸ਼ਬਦ ਹੈ ਉਹ ਹੈ ਜੀ ਅਭਾਗਾ, ਆਪਸ਼ਨ ਆੜਾ ਸਹੀ ਉੱਤਰ ਹੈ। ਸੁਭਾਗਾ ਦਾ ਕੁਭਾਗਾ ਨਹੀਂ ਹੈ, ਠੀਕ ਹੈ, ਜਾਂ ਅਨਭਾਗਾ ਨਹੀਂ ਹੈ, ਸੁਭਾਗਾ ਦਾ ਅਭਾਗਾ ਹੁੰਦਾ। ਗਲਤੀ ਨਾਲ ਕੁਭਾਗਾ ਨਹੀਂ ਲਿਖ ਦੇਣਾ, ਕਿਉਂਕਿ ਸੁਭਾਗਾ ਅਭਾਗਾ। ਅੱਗੇ ਪ੍ਰਸ਼ਨ ਨੰਬਰ 14, ਆਨਾ ਸ਼ਬਦ ਦਾ ਇੱਕ ਅਰਥ ਹੁੰਦਾ ਹੈ ਸਿੱਕਾ ਅਤੇ ਦੂਸਰਾ ਦੱਸੋ।
ਆਨਾ, ਜਿਵੇਂ ਪੁਰਾਣੇ ਟਾਈਮ 'ਚ ਕਹਿੰਦੇ ਸੀ ਨਾ, ਇੱਕ ਆਨੇ ਦੀ ਇੰਨੀ ਚੀਜ਼ ਆ ਜਾਂਦਾ, ਉਹ ਮਤਲਬ ਇੱਕ ਆਨਾ ਕੀ ਹੁੰਦਾ ਸੀ, ਇੱਕ ਕੋਇਨ ਹੁੰਦਾ ਸੀ, ਸਿੱਕਾ ਹੁੰਦਾ ਸੀ, ਠੀਕ ਹੈ। ਤਾਂ ਉਸਦਾ ਹੁਣ ਆਪਾਂ ਇੱਥੇ ਦੂਸਰਾ ਅਰਥ ਦੱਸਣਾ, ਤਾਂ ਆਪਾਂ ਆਪਸ਼ਨ ਦੇ ਵਿੱਚ ਹੈ ਆਪਸ਼ਨ ਊੜਾ ਅੱਖ, ਆਪਸ਼ਨ ਆੜਾ ਖੋਟਾ, ਆਪਸ਼ਨ ਈੜੀ ਪੈਸਾ, ਆਪਸ਼ਨ ਸੱਸਾ ਡੇਲਾ। ਤਾਂ ਜਿਹੜਾ ਆਨੇ ਦਾ ਦੂਸਰਾ ਅਰਥ ਹੈ ਉਹ ਹੈ ਜੀ ਇੱਥੇ ਆਪਸ਼ਨ ਸੱਸਾ ਡੇਲਾ, ਜਿਹੜਾ ਆਪਣੀ ਅੱਖ ਦੇ ਵਿੱਚ ਵਾਲਾ ਪਾਰਟ ਹੁੰਦਾ ਡੇਲਾ, ਆਨਾ ਦਾ ਦੂਸਰਾ ਅਰਥ ਹੈ ਜਿਹੜਾ ਉਹ ਡੇਲਾ। ਅੱਗੇ ਚੱਲਦੇ ਪ੍ਰਸ਼ਨ ਨੰਬਰ 15 ਵੱਲ। ਹੱਥ ਸ਼ਬਦ ਦਾ ਲਿੰਗ ਦੱਸੋ। ਆਪਸ਼ਨ ਹੈ ਹੱਥੀ, ਹੱਥ, ਹੱਥੋਂ ਅਤੇ ਹੱਥਾਂ। ਹਾਂਜੀ, ਤਾਂ ਹੱਥ ਸ਼ਬਦ ਦਾ ਜਿਹੜਾ ਲਿੰਗ ਦੱਸਣਾ ਆਪਾਂ, ਤਾਂ ਦੱਸ ਸਕਦੇ ਹੋ? ਆਪਸ਼ਨ ਆੜਾ ਇਸਦਾ ਸਹੀ ਉੱਤਰ ਹੈ। ਹੱਥ ਦਾ ਜਿਹੜਾ ਲਿੰਗ ਹੈ ਉਹ ਕੀ ਹੁੰਦਾ? ਹੱਥ ਹੀ ਹੁੰਦਾ, ਕਿਉਂਕਿ ਹੱਥ ਇੱਕ ਇਹੋ ਜਿਹਾ ਸ਼ਬਦ ਹੈ ਜਿਸ ਦਾ ਕੋਈ ਲਿੰਗ ਨਹੀਂ ਹੁੰਦਾ, ਇਹ ਪੁਲਿੰਗ ਹੀ ਰਹਿੰਦਾ, ਸੇਮ ਜਿਵੇਂ ਹੈ ਉਵੇਂ ਹੀ ਰਹੂਗਾ। ਇਸਦਾ ਕੋਈ ਇਸਤਰੀ ਲਿੰਗ, ਕੋਈ ਪੁਲਿੰਗ ਨਹੀਂ ਹੁੰਦਾ, ਇਸ ਕਰਕੇ ਇਸਦਾ ਆਪਾਂ ਲਿੰਗ ਹੈ ਜਿਹੜਾ ਉਹ ਨਹੀਂ ਬਦਲ ਸਕਦੇ। ਇਸਦਾ ਕਿਤੇ ਤੁਸੀਂ ਦੇਖਿਆ ਕਿ ਹੱਥ ਦਾ ਹੱਥੀ ਲਿਖਿਆ ਹੋਵੇ, ਲਿੰਗ ਹੋਵੇ ਹੱਥ, ਹੱਥੀ, ਹੱਥੀ ਜਿਹੜਾ ਉਹ ਮਤਲਬ ਇੱਕ ਹੋਰ ਉਹ ਸੈਂਸ ਚੇਂਜ ਹੋ ਜਾਂਦੀ ਹੈ। ਹੱਥ ਦਾ ਜਿਹੜਾ ਲਿੰਗ ਹੈ ਉਹ ਹਮੇਸ਼ਾ ਹੱਥ ਹੀ ਰਹੂਗਾ, ਠੀਕ ਹੈ। ਹਾਂ, ਜੇ ਹੱਥਾਂ ਹੁੰਦਾ, ਹੱਥਾਂ ਨਹੀਂ ਮਤਲਬ ਬਿੰਦੀ ਨਾ ਹੁੰਦੀ ਹੱਥਾਂ ਦੇ ਉੱਤੇ, ਹੱਥਾਂ ਹੁੰਦਾ, ਹੱਥਾਂ ਹੱਥਾਂ, ਤਾਂ ਉਸਦਾ ਜਿਹੜਾ ਲਿੰਗ ਹੈ ਉਹ ਚੇਂਜ ਹੋ ਜਾਂਦਾ ਹੈ ਹੱਥੀ ਦੇ ਵਿੱਚ, ਠੀਕ ਹੈ। ਹੱਥਾਂ ਤੋਂ ਹੱਥੀ ਬਣ ਜਾਂਦਾ, ਪਰ ਹੱਥ ਦਾ ਹੱਥ ਹੀ ਰਹਿੰਦਾ, ਹੱਥ ਦਾ ਜਿਹੜਾ ਲਿੰਗ ਹੈ ਉਹ ਚੇਂਜ ਨਹੀਂ ਹੁੰਦਾ, ਠੀਕ ਹੈ। ਅੱਗੇ ਆ ਗਿਆ ਪ੍ਰਸ਼ਨ ਨੰਬਰ 16। ਧੰਨ ਭਾਗ ਸ਼ਬਦ ਵਿਸਮਿਕ ਦੀ ਕਿਹੜੀ ਕਿਸਮ ਹੈ? ਆਪਸ਼ਨ ਹੈ ਜੀ ਆਪਸ਼ਨ ਊੜਾ, ਸੰਬੋਧੀਵਾਚਕ, ਆਪਸ਼ਨ ਆੜਾ, ਪ੍ਰਸ਼ੰਸਾਵਾਚਕ, ਆਪਸ਼ਨ ਈੜੀ, ਸਤਿਕਾਰਵਾਚਕ, ਆਪਸ਼ਨ ਸੱਸਾ, ਹੈਰਾਨੀ ਵਾਚਕ। ਤਾਂ ਜਿਹੜਾ ਧੰਨ ਭਾਗ ਹੈ, ਜਿਵੇਂ ਆਪਾਂ ਜਦੋਂ ਕੋਈ ਬਹੁਤ ਦੇਰ ਬਾਅਦ ਆਵੇ ਜਾਂ ਮਤਲਬ ਕੋਈ ਵੱਡਾ ਆਵੇ, ਕੋਈ ਉਹ ਜਿਹਾ ਬੰਦਾ ਆਵੇ, ਤਾਂ ਆਪਾਂ ਕਹਿ ਦਿੰਦੇ ਨਾ ਧੰਨ ਭਾਗ ਸਾਡੇ, ਤੁਸੀਂ ਸਾਡੇ ਘਰ ਆਏ, ਜਾਂ ਧੰਨ ਭਾਗ ਤੁਹਾਡੇ ਦਰਸ਼ਨ ਹੋਏ। ਤਾਂ ਜਿਹੜਾ ਇਹ ਧੰਨ ਭਾਗ ਹੈ ਇਹ ਕਹਿੰਦੇ ਵਿਸਮਿਕ ਦੀ ਕਿਹੜੀ ਕਿਸਮ ਹੈ? ਤਾਂ ਇਹ ਜਦੋਂ ਆਪਾਂ ਕਿਸੇ ਬੰਦੇ ਦੀ ਰਿਸਪੈਕਟ ਕਰਦੇ, ਮਤਲਬ ਸਤਿਕਾਰ ਵਜੋਂ ਆਪਾਂ ਬੋਲਦੇ ਹਾਂ, ਠੀਕ ਹੈ। ਤਾਂ ਇਹ ਕਿਹੜੇ ਆ ਫਿਰ? ਸਤਿਕਾਰ ਵਾਚਕ ਵਿਸਮਿਕ ਹੈ, ਸੰਬੋਧੀ ਵਾਚਕ ਨਹੀਂ ਹੈ, ਕਿਸੇ ਨੂੰ ਆਪਾਂ ਸੰਬੋਧਨ ਨਹੀਂ ਕਰਦੇ। ਪ੍ਰਸ਼ੰਸਾ ਵਾਚਕ ਨਹੀਂ, ਇਹਦੇ 'ਚ ਆਪਾਂ ਕਿਸੇ ਦੀ ਕੋਈ ਪ੍ਰਸ਼ੰਸਾ ਨਹੀਂ ਕਰਦੇ, ਠੀਕ ਹੈ। ਹੈਰਾਨੀ ਵਾਚਕ ਵੀ ਨਹੀਂ ਹੈ, ਇਸ ਦੇ ਵਿੱਚ ਆਪਾਂ ਇਹ ਨਹੀਂ ਕਹਿੰਦੇ ਹੈ ਧੰਨ ਭਾਗ, ਇਹ ਨਹੀਂ ਹੈ। ਮਤਲਬ ਜਿਹੜਾ ਇਹ ਧੰਨ ਭਾਗ ਹੋ ਗਿਆ, ਇਹ ਕਹਿ ਰਹੇ ਕਾਹਦੇ ਲਈ ਵਰਤਿਆ ਜਾਂਦਾ? ਸਤਿਕਾਰ ਵਾਚਕ ਦੇ ਲਈ। ਆਪਸ਼ਨ ਈੜੀ ਇਸਦਾ ਸਹੀ ਉੱਤਰ ਹੈ। ਅੱਗੇ ਪ੍ਰਸ਼ਨ ਨੰਬਰ 17। ਉਹ ਘਰ ਗਿਆ ਤਾਂ ਉਸਦੀ ਮਾਂ ਨੇ ਸੁੱਖ ਦਾ ਸਾਹ ਲਿਆ, ਕਿਸ ਕਿਸਮ ਦਾ ਵਾਕ ਹੈ? ਆਪਸ਼ਨ ਊੜਾ ਸਧਾਰਨ, ਆਪਸ਼ਨ ਆੜਾ ਸੰਯੁਕਤ, ਆਪਸ਼ਨ ਈੜੀ ਬਿਆਨੀਆ, ਆਪਸ਼ਨ ਸੱਸਾ ਇੱਛਾ ਸੂਚਕ। ਤਾਂ ਵਾਕ ਨੂੰ ਦੇਖਣ ਤੋਂ ਹੀ ਪਤਾ ਲੱਗ ਰਿਹਾ ਕਿ ਇੱਛਾ ਸੂਚਕ ਨਹੀਂ ਹੋ ਸਕਦਾ, ਇਸ ਦੇ ਵਿੱਚ ਕੋਈ ਇੱਛਾ ਨਹੀਂ ਪ੍ਰਗਟ ਕੀਤੀ ਗਈ, ਇਹ ਕਿਸੇ ਦੀ ਮਤਲਬ ਭਾਵ ਨੂੰ ਦਰਸਾਇਆ ਗਿਆ ਹੈ, ਠੀਕ ਹੈ। ਬਿਆਨੀਆਂ ਵੀ ਨਹੀਂ ਹੈ, ਕਿਉਂਕਿ ਇਸ ਦੇ ਵਿੱਚ ਕਿਸੇ ਲਈ ਕੋਈ ਬਿਆਨ, ਕਿਸੇ ਨੂੰ ਕੋਈ ਮਤਲਬ ਕੁਛ ਕਿਹਾ ਨਹੀਂ ਗਿਆ, ਕੁਛ
ਆਗਿਆ ਨਹੀਂ ਦਿੱਤੀ ਗਈ, ਕੁਛ ਬਿਆਨ ਨਹੀਂ ਕੀਤਾ ਗਿਆ ਕਿਸੇ ਬਾਰੇ, ਠੀਕ ਹੈ। ਸਧਾਰਨ ਵੀ ਨਹੀਂ ਹੈ, ਕਿਉਂਕਿ ਸਧਾਰਨ ਦੇ ਵਿੱਚ ਇੱਕ ਹੀ ਕਿਰਿਆ ਹੁੰਦੀ ਹੈ ਅਤੇ ਇੱਕ ਸਿੰਪਲ ਵਾਕ ਹੁੰਦਾ। ਇਸ ਦੇ ਵਿੱਚ ਦੋ ਸਧਾਰਨ ਵਾਕਾਂ ਨੂੰ ਆਪਸ ਦੇ ਵਿੱਚ ਤਾਂ ਯੋਜਕ ਅਤੇ ਤਾਂ ਜਿਹੜਾ ਇਸ ਦੇ ਵਿੱਚ ਆਪਣਾ ਯੋਜਕ ਹੈ, ਠੀਕ ਹੈ। ਤਾਂ ਜਿਹੜਾ ਸਧਾਰਨ ਵਾਕ ਹੈ, ਦੋ ਸਧਾਰਨ ਵਾਕਾਂ ਨੂੰ ਯੋਜਕ ਤਾਂ ਯੋਜਕ ਦੀ ਸਹਾਇਤਾ ਦੇ ਨਾਲ ਜੋੜਿਆ ਗਿਆ। ਤਾਂ ਜਿੱਥੇ ਦੋ ਸਧਾਰਨ ਵਾਕਾਂ ਨੂੰ ਆਪਸ ਦੇ ਵਿੱਚ ਯੋਜਕ ਦੀ ਸਹਾਇਤਾ ਨਾਲ ਜੋੜਿਆ ਜਾਵੇ ਉਹ ਕਿਹੜੇ ਹੁੰਦੇ ਆ ਜੀ? ਸੰਯੁਕਤ ਵਾਕ। ਤਾਂ ਆਪਣਾ ਆਪਸ਼ਨ ਆੜਾ ਇਸਦਾ ਸਹੀ ਉੱਤਰ ਹੈ। ਅੱਗੇ ਪ੍ਰਸ਼ਨ ਨੰਬਰ 18, ਤੱਤਾ ਸ਼ਬਦ ਦਾ ਸਮਾਨਾਰਥਿਕ ਸ਼ਬਦ ਦੱਸੋ। ਆਪਸ਼ਨ ਊੜਾ ਗਰਮ, ਆਪਸ਼ਨ ਆੜਾ ਠੰਡਾ, ਆਪਸ਼ਨ ਈੜੀ ਖੁਸ਼ਕ, ਆਪਸ਼ਨ ਸੱਸਾ ਤੇਜ਼। ਤਾਂ ਇਹ ਤਾਂ ਬਹੁਤ ਸੌਖਾ, ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ। ਤੱਤਾ ਦਾ ਸਮਾਨਾਰਥਿਕ ਸ਼ਬਦ ਹੁੰਦਾ ਜੀ ਗਰਮ, ਆਪਸ਼ਨ ਊੜਾ ਇਸਦਾ ਸਹੀ ਆਂਸਰ ਹੈ। ਅੱਗੇ ਪ੍ਰਸ਼ਨ ਨੰਬਰ 19, ਭੈੜੇ ਕੰਮਾਂ ਵਿੱਚ ਫਸੇ ਬੰਦੇ ਨੂੰ ਕੀ ਕਿਹਾ ਜਾਂਦਾ ਹੈ? ਜਿਹੜਾ ਬੰਦਾ ਮਤਲਬ ਭੈੜੇ ਕੰਮ ਕਰਦਾ ਹੋਵੇ ਉਹਨੂੰ ਆਪਾਂ ਕੀ ਕਹਿੰਦੇ ਹਾਂ? ਆਪਸ਼ਨ ਹੈ ਆਪਸ਼ਨ ਊੜਾ ਸਦਾਚਾਰੀ, ਆਪਸ਼ਨ ਆੜਾ ਭੈੜਾ, ਆਪਸ਼ਨ ਈੜੀ ਬੇਈਮਾਨ, ਆਪਸ਼ਨ ਸੱਸਾ ਦੁਰਾਚਾਰੀ। ਤਾਂ ਜਿਹੜਾ ਬੰਦਾ ਭੈੜੇ ਕੰਮਾਂ ਦੇ ਵਿੱਚ ਫਸਿਆ ਹੋਵੇ ਉਸਦੇ ਲਈ ਆਪਾਂ ਸ਼ਬਦ ਵਰਤਦੇ ਹਾਂ ਜੀ ਆਪਸ਼ਨ ਸੱਸਾ ਦੁਰਾਚਾਰੀ, ਠੀਕ ਹੈ। ਆਪਸ਼ਨ ਸੱਸਾ ਆਪਣਾ ਸਹੀ ਆਂਸਰ ਹੈ ਇਸ ਪ੍ਰਸ਼ਨ ਦਾ, ਦੁਰਾਚਾਰੀ। ਇੱਥੇ ਜਿਹੜਾ ਭੈੜੇ ਕੰਮਾਂ ਦੇ ਵਿੱਚ ਫਸਿਆ ਉਸਦਾ ਜਿਹੜਾ ਉਸਨੂੰ ਆਪਾਂ ਭੈੜਾ ਨਹੀਂ ਕਹਾਂਗੇ, ਠੀਕ ਹੈ। ਭੈੜਾ ਜਿਹੜਾ ਉਹ ਹੋਰ ਸੈਂਸ ਦੇ ਵਿੱਚ ਵਰਡ ਬਣਦਾ, ਇਸ ਦੇ ਲਈ ਜਿਹੜਾ ਸਹੀ ਸ਼ਬਦ ਹੈ ਇੱਥੇ ਆਪਸ਼ਨਸ ਦੇ ਵਿੱਚ ਉਹ ਹੈ ਦੁਰਾਚਾਰੀ। ਅੱਗੇ ਆ ਗਿਆ ਪ੍ਰਸ਼ਨ ਨੰਬਰ 20th, ਮਿਸ਼ਰਤ ਵਾਕ ਚੁਣੋ। ਵਾਕ ਦਿੱਤੇ ਗਏ ਆਪਾਂ ਨੂੰ ਥੱਲੇ, ਉਸ ਦੇ ਵਿੱਚੋਂ ਚਾਰ ਵਾਕਾਂ ਦੇ ਵਿੱਚੋਂ ਆਪਾਂ ਮਿਸ਼ਰਤ ਵਾਕ ਦੱਸਣਾ ਕਿਹੜਾ। ਆਪਣੇ ਆਪਸ਼ਨ ਹੈ ਜੀ, ਪਹਿਲਾ ਜਿੱਤ ਸਾਡੀ ਜਿੱਤ ਨਿਸ਼ਚਿਤ ਹੈ, ਸੈਕਿੰਡ ਆਪਸ਼ਨ ਹੈ ਇਹ ਯਕੀਨੀ ਹੈ ਕਿ ਜਿੱਤ ਸਾਡੀ ਹੀ ਹੋਣੀ ਹੈ, ਥਰਡ ਆਪਸ਼ਨ ਹੈ ਸ਼ੇਰ ਨੂੰ ਦੇਖਦਿਆਂ ਹੀ ਉਹ ਭੱਜ ਗਿਆ, ਫੋਰਥ ਆਪਸ਼ਨ ਹੈ ਮਨਮੋਹਨ ਸਿੰਘ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਤਾਂ ਆਪਾਂ ਮਿਸ਼ਰਤ ਵਾਕ ਚੁਣਨਾ। ਮਿਸ਼ਰਤ ਵਾਕ ਕੀ ਹੁੰਦਾ? ਜਿਸਦੇ ਵਿੱਚ ਇੱਕ ਸੰਯੁਕਤ ਇੱਕ ਜਿਹੜਾ ਪ੍ਰਧਾਨ ਉਪ ਪ੍ਰਧਾਨ ਹੁੰਦਾ ਔਰ ਦੂਸਰੇ ਜਿਹੜੇ ਉਹ ਅਧੀਨ ਉਪ ਪ੍ਰਧਾਨ ਹੁੰਦੇ ਆ, ਇਹੀ ਹੁੰਦਾ ਨਾ। ਤਾਂ ਉਹਨਾਂ ਨੂੰ ਆਪਸ ਦੇ ਵਿੱਚ ਜੋੜਿਆ ਜਾਂਦਾ। ਤਾਂ ਪਹਿਲਾ ਜਿਹੜਾ ਆਪਸ਼ਨ ਉੜਾ ਹੈ ਆਪਣੇ ਕੋਲ ਉਹ ਇੱਕ ਸਧਾਰਨ ਵਾਕ ਹੈ, ਕਿਉਂਕਿ ਉਸਦੇ ਦੇਖਣ ਤੋਂ ਪਤਾ ਲੱਗ ਰਿਹਾ ਉਹ ਕੀ ਹੈ? ਸਧਾਰਨ। ਆਪਸ਼ਨ ਜਿਹੜਾ ਈੜੀ ਹੈ ਉਹ ਵੀ ਸਧਾਰਨ ਹੈ, ਆਪਸ਼ਨ ਸੱਸਾ ਉਹ ਵੀ ਸਧਾਰਨ ਹੈ, ਕਿਉਂਕਿ ਇਸ ਦੇ ਵਿੱਚ ਵੀ ਆਪਾਂ ਨੂੰ ਸਿੱਧਾ ਦੱਸਿਆ ਹੈ ਕਿ ਮਨਮੋਹਨ ਸਿੰਘ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹਨ। ਤਾਂ ਆਪਣੇ ਕੋਲ ਇੱਕ ਹੀ ਬਚਦਾ ਹੈ ਆਪਸ਼ਨ ਆੜਾ, ਜਿਸ ਦੇ ਵਿੱਚ ਆਪਾਂ ਨੂੰ ਕੇ ਸ਼ਬਦ ਲੱਗਿਆ ਹੋਇਆ, ਕੇ ਜਿਹੜਾ ਉਹਦੇ ਥਰੂ ਇਹਨਾਂ ਨੂੰ ਆਪਸ ਦੇ ਵਿੱਚ ਜੋੜਿਆ ਗਿਆ। ਤਾਂ ਆਪਸ਼ਨ ਆੜਾ ਇਸਦਾ ਸਹੀ ਉੱਤਰ ਹੈ, ਇਹ ਯਕੀਨੀ ਹੈ ਕਿ ਜਿੱਤ ਸਾਡੀ ਹੀ ਹੋਣੀ ਹੈ, ਬਾਕੀ ਜਿਹੜੇ ਉਹ ਤਿੰਨੋਂ ਸਧਾਰਨ ਜਿਹੜੇ ਆ ਵਾਕ ਆਪਣੇ ਕੋਲ ਆ ਜਾਂਦੇ, ਠੀਕ ਹੈ। ਅੱਗੇ ਆ ਗਿਆ ਜੀ ਪ੍ਰਸ਼ਨ ਨੰਬਰ 21, ਪੰਜਾਬੀ ਵਰਣਮਾਲਾ ਵਿੱਚ ਨਵੀਨ ਟੋਲੀ ਦੇ ਅੱਖਰ ਕਿਹੜੀ ਭਾਸ਼ਾ ਵਿੱਚੋਂ ਲਏ ਗਏ ਹਨ? ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪੰਜਾਬੀ ਵਰਣਮਾਲਾ ਬਾਰੇ ਪਤਾ ਹੋਣਾ ਚਾਹੀਦਾ, ਜੋ ਕਿ ਆਪਾਂ ਆਪਣੇ ਪ੍ਰੀਵੀਅਸ ਜਿਹੜੀ ਆ
ਆਪਣੀਆਂ ਸੈਕਿੰਡ ਕਿ ਥਰਡ ਕਲਾਸ ਦੇ ਵਿੱਚ ਹੀ ਆਪਾਂ ਕੀਤਾ ਹੈ। ਠੀਕ ਹੈ, ਇਹ ਤੁਹਾਨੂੰ ਸਾਰੀ ਚੀਜ਼ ਕਰਵਾਈ ਗਈ ਹੈ ਕਿ ਪੰਜਾਬੀ ਵਰਨਮਾਲਾ ਦੇ ਜਿਹੜੇ ਟੋਲੀਆਂ ਦੇ ਨਾਮ ਵੀ ਕਰਵਾਏ ਗਏ ਆ, ਉਹ ਸਾਰਾ ਕੁਛ ਜਿਹੜਾ ਤੁਹਾਨੂੰ ਕਰਵਾਇਆ ਗਿਆ। ਤਾਂ ਜੇ ਤੁਹਾਨੂੰ ਯਾਦ ਹੋਵੇ ਤਾਂ ਨਵੀਨ ਟੋਲੀ ਕਿਹੜੀ ਸੀ, ਇਹ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸੋਗੇ ਕਿ ਪੰਜਾਬੀ ਵਰਨਮਾਲਾ ਦੀ ਨਵੀਨ ਬੋਲੀ ਕਿਹੜੀ ਹੈ, ਉਸਦੇ ਸ਼ਬਦ ਕਿਹੜੇ ਕਿਹੜੇ ਹੈ। ਤਾਂ ਉਹ ਜਿਹੜੇ ਸ਼ਬਦ ਹੈ, ਉਹ ਅੱਖਰ ਹੈ ਜਿਹੜੇ, ਉਹ ਕਹਿੰਦੇ ਕਿਹੜੀ ਭਾਸ਼ਾ ਵਿੱਚੋਂ ਲਏ ਗਏ ਆ। ਆਪਣੀ ਆਪਸ਼ਨ ਹੈ, ਆਪਸ਼ਨ ਊੜਾ ਉਰਦੂ, ਆਪਸ਼ਨ ਆਲਾ ਦੇਵਨਾਗਰੀ, ਆਪਸ਼ਨ ਈੜੀ ਫਾਰਸੀ, ਆਪਸ਼ਨ ਸੱਸਾ ਇਰਾਨੀ। ਤਾਂ ਉਹ ਕਿਸ ਭਾਸ਼ਾ ਵਿੱਚੋਂ ਲਏ ਗਏ ਆ ਜੀ, ਉਹ ਲਏ ਗਏ ਜੀ ਫਾਰਸੀ ਭਾਸ਼ਾ ਦੇ ਵਿੱਚੋਂ। ਤਾਂ ਨਵੀਨ ਟੋਲੀ ਦੇ ਅੱਖਰ ਤੁਸੀਂ ਮੈਨੂੰ ਦੱਸੋਗੇ, ਇਹ ਮੈਂ ਤੁਹਾਨੂੰ ਦੱਸਤਾ। ਆਪਣੇ ਇਸ ਕੁਸ਼ਚਨ ਦਾ ਆਂਸਰ ਹੈ ਆਪਸ਼ਨ ਈੜੀ ਫਾਰਸੀ। ਪ੍ਰਸ਼ਨ ਨੰਬਰ 22, ਮੈਨੂੰ ਚੁਟਕੀ ਕ ਲੂਣ ਦਿਓ ਵਾਕ ਵਿੱਚ ਕਿਹੜੇ ਵਿਸ਼ੇਸ਼ਣ ਦੀ ਵਰਤੋਂ ਕੀਤੀ ਗਈ ਹੈ। ਵਿਸ਼ੇਸ਼ਣ ਦੱਸਣਾ ਆਪਣਾ ਚੁਟਕੀ ਕੂ। ਠੀਕ ਹੈ, ਤਾਂ ਪਹਿਲਾ ਆ ਗਿਆ ਆਪਣੇ ਕੋਲ ਆਪਸ਼ਨ ਗੁਣਵਾਚਕ ਵਿਸ਼ੇਸ਼ਣ, ਸੈਕਿੰਡ ਆਪਸ਼ਨ ਪਰਮਾਣਵਾਚਕ ਵਿਸ਼ੇਸ਼ਣ, ਥਰਡ ਆਪਸ਼ਨ ਸੰਖਿਆਵਾਚਕ ਵਿਸ਼ੇਸ਼ਣ, ਅਤੇ ਫੋਰਥ ਆਪਸ਼ਨ ਨਿਸ਼ਚੈਵਾਚਕ ਵਿਸ਼ੇਸ਼ਣ। ਤਾਂ ਸਭ ਤੋਂ ਪਹਿਲਾਂ ਆਪਾਂ ਆਪਣੇ ਆਪਸ਼ਨ ਦੇਖ ਲੈਂਦੇ ਇੱਕ ਵਾਰੀ। ਗੁਣਵਾਚਕ ਵਿਸ਼ੇਸ਼ਣ ਕੀ ਹੁੰਦਾ, ਜਿਹੜਾ ਕਿਸੇ ਚੀਜ਼ ਦਾ ਆਪਾਂ ਨੂੰ ਗੁਣ ਦੱਸੇ, ਉਸਦੀ ਗੁਣ ਜਾਂ ਵਿਸ਼ੇਸ਼ਤਾ ਦੱਸੇ। ਤਾਂ ਇਸ ਦੇ ਵਿੱਚ ਆਪਾਂ ਨੂੰ ਕਿਸੇ ਚੀਜ਼ ਦਾ ਕੋਈ ਗੁਣ ਨਹੀਂ ਦੱਸਿਆ ਗਿਆ, ਕੋਈ ਵਿਸ਼ੇਸ਼ ਨਹੀਂ ਦੱਸਿਆ ਗਿਆ, ਤਾਂ ਫਿਰ ਇਹ ਜਿਹੜੀ ਹੈ ਇਹ ਪਹਿਲਾ ਆਪਸ਼ਨ ਆਪਣਾ ਨਹੀਂ ਹੋ ਸਕਦਾ। ਥਰਡ ਆਪਸ਼ਨ ਹੈ ਜਿਹੜਾ, ਪਹਿਲਾਂ ਸੌਖੇ ਸੌਖੇ ਆਪਾਂ ਆਪਸ਼ਨ ਆਪਣੇ ਦੇਖ ਲਈਆ ਕਰੀਏ, ਤਾਂ ਫਿਰ ਆਪਾਂ ਨੂੰ ਆਪਣਾ ਆਂਸਰ ਲੱਭਣਾ ਜਿਹੜਾ ਉਹ ਈਜ਼ੀ ਹੋ ਸਕਦਾ। ਤਾਂ ਸੰਖਿਆਵਾਚਕ ਵਿਸ਼ੇਸ਼ਣ ਕੀ ਹੁੰਦੇ ਆ, ਜਿਸ ਦੇ ਵਿੱਚ ਆਪਾਂ ਨੂੰ ਕਿਸੇ ਸੰਖਿਆ ਬਾਰੇ ਪਤਾ ਲੱਗੇ, ਜਿਵੇਂ 1, 2, 10, 12, ਪਹਿਲੇ, ਦੂਜੇ। ਠੀਕ ਹੈ, ਮਤਲਬ ਕਿਸੇ ਸੰਖਿਆ ਜਾਂ ਕਿਸੇ ਦਰਜੇ ਬਾਰੇ ਪਤਾ ਲੱਗੇ, ਉਹ ਹੁੰਦੇ ਸੰਖਿਆਵਾਚਕ। ਤਾਂ ਇਸ ਦੇ ਵਿੱਚ ਇਹੋ ਜਿਹਾ ਵੀ ਕੁਛ ਨਹੀਂ ਹੈ। ਨਿਸ਼ਚੈਵਾਚਕ ਵਿਸ਼ੇਸ਼ਣ ਉਹ ਹੁੰਦੇ ਜਿਹੜੇ ਨੇੜੇ ਪਈ ਚੀਜ਼ ਵੱਲ ਇਸ਼ਾਰਾ ਕਰਕੇ ਉਸਨੂੰ ਆਮ ਤੋਂ ਖਾਸ ਬਣਾਉਂਦੇ ਆ, ਜਿਵੇਂ ਇਹ ਮੇਰਾ ਪੈੱਨ ਹੈ। ਤਾਂ ਇਹਦੇ ਵਿੱਚ ਇੱਦਾਂ ਦਾ ਵੀ ਕੁਛ ਨਹੀਂ ਹੈ। ਤਾਂ ਫਿਰ ਆਪਣਾ ਆਪਸ਼ਨ ਕਿਹੜਾ ਬਚਦਾ ਜੀ, ਇੱਕ ਆਪਸ਼ਨ ਆੜਾ ਪਰਮਾਣਵਾਚਕ ਵਿਸ਼ੇਸ਼ਣ, ਜਿਹਦੇ ਵਿੱਚ ਆਪਾਂ ਨੂੰ ਕਿਸੇ ਚੀਜ਼ ਦਾ ਐਗਜੈਕਟ ਪਤਾ ਨਹੀਂ ਲੱਗਦਾ, ਸਿਰਫ ਉਹਦਾ ਆਪਾਂ ਮਾਪ ਤੋਲ ਕਰ ਸਕਦੇ ਹਾਂ ਜਾਂ ਉਸਦੇ ਵਿੱਚ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ। ਜਿਵੇਂ ਤਾਂ ਚੁਟਕੀ ਕੁ ਲੂਣ, ਤਾਂ ਮਤਲਬ ਚੁਟਕੀ ਕੁ ਦੇ ਵਿੱਚ ਆਪਾਂ ਕੋਈ ਇਹਦਾ ਮਾਪ ਤੋਲ ਨਹੀਂ ਕਰ ਸਕਦੇ, ਇਹਦਾ ਸਿਰਫ ਆਪਾਂ ਇੱਕ ਗੈਸ ਕਰ ਸਕਦੇ ਹਾਂ ਕਿ ਇੰਨਾ ਚੁਟਕੀ ਕੁ। ਠੀਕ ਹੈ, ਤਾਂ ਇਸ ਕਰਕੇ ਇਹ ਕਿਹੜਾ ਹੋ ਗਿਆ, ਪ੍ਰਮਾਣਵਾਚਕ। ਆਪਸ਼ਨ ਆੜਾ ਇਸਦਾ ਸਹੀ ਉੱਤਰ ਹੈ। ਅੱਗੇ ਪ੍ਰਸ਼ਨ ਨੰਬਰ 23, ਪੰਜਾਬੀ ਦੀ ਕਿਹੜੀ ਲਗਾ ਮਾਤਰਾ ਵਰਨ ਤੋਂ ਪਹਿਲਾਂ ਲੱਗਦੀ ਹੈ। ਇੱਥੇ ਵਰਪ ਨਹੀਂ ਹੈ, ਅਤੇ ਗਲਤ ਹੋ ਗਿਆ, ਵਰਨ ਹੈ। ਠੀਕ ਹੈ, ਵਾਹਵਾ ਰਾਰਾ ਔਰ ਨਾਣਾ, ਵਰਨ ਇੱਥੇ ਪੱਪੇ ਦੀ ਜਗ੍ਹਾ 'ਤੇ ਨਾਣਾ ਹੈ, ਤੁਸੀਂ ਠੀਕ ਕਰ ਸਕਦੇ ਹੋ। ਕਿਹੜੀ ਲਗਾ ਮਾਤਰਾ ਵਰਨ ਤੋਂ ਪਹਿਲਾਂ ਲੱਗਦੀ ਹੈ, ਤਾਂ ਆਪਣੀ ਆਪਸ਼ਨ ਹੈ ਆਪਸ਼ਨ ਊੜਾ ਕਨੌੜਾ, ਆਪਸ਼ਨ ਆੜਾ ਸਿਹਾਰੀ, ਆਪਸ਼ਨ ਈੜੀ ਦੁਲਾਂਕੜ, ਆਪਸ਼ਨ ਸੱਸਾ ਕੰਨਾ। ਤਾਂ ਇਹ ਜਿਹੜਾ ਆਪਣਾ ਕੁਸ਼ਚਨ ਹੈ, ਇਸਦਾ ਆਂਸਰ ਹੈ ਜਿਹੜਾ ਉਹ ਆਪਣੇ ਇਸੇ ਆਪਸ਼ਨਸ ਦੇ ਵਿੱਚ ਹੀ, ਮਤਲਬ ਜਿਹੜੇ ਆਪਾਂ ਆਪਸ਼ਨ ਲਿਖ ਸਾਹਮਣੇ ਦੇਖ ਰਹੇ ਹਾਂ ਉਹਨਾਂ ਦੇ ਵਿੱਚ ਹੀ ਹੈ। ਆਪਾਂ ਚੈੱਕ ਇੱਕ ਵਾਰੀ ਚੈੱਕ ਕਰਦੇ, ਜਿਵੇਂ ਹੁਣ ਫਸਟ ਆਪਸ਼ਨ ਦੇਖੋ ਤੁਸੀਂ, ਇਸਦੇ ਵਿੱਚ ਕਨੌੜਾ ਲਿਖਿਆ ਗਿਆ, ਤਾਂ ਕਨੌੜਾ ਉਸਦੇ ਉੱਪਰ ਵੀ ਲੱਗਾ ਹੋਇਆ, ਪਰ ਜਿਹੜਾ ਨੰਨਾ ਹੈ ਕੱਕਾ ਨੰਨੇ ਨੂੰ ਕਨੌੜਾ, ਤਾਂ ਮਤਲਬ ਨੰਨਾ ਪਹਿਲਾਂ ਲਿਖਿਆ ਗਿਆ, ਬਾਅਦ ਵਿੱਚ ਉਸਦੇ ਉੱਪਰ ਕਨੌੜਾ ਲਗਾਇਆ ਗਿਆ। ਠੀਕ ਹੈ, ਪਰ ਆਪਾਂ ਨੂੰ ਕੀ ਪੁੱਛਿਆ ਗਿਆ,
ਵਰਨ ਤੋਂ ਪਹਿਲਾਂ ਲੱਗਦੀ ਅਤੇ ਇਹ ਵਰਨ ਤੋਂ ਬਾਅਦ 'ਚ ਲੱਗਿਆ। ਉਸੇ ਤਰ੍ਹਾਂ ਕੰਨਾ ਜਿਹੜਾ ਉਹ ਵੀ ਵਰਨ ਤੋਂ ਬਾਅਦ ਵਿੱਚ ਲੱਗਦਾ ਹੈ। ਸੈਕਿੰਡ ਆਪਸ਼ਨ ਦੇ ਵਿੱਚ ਸੱਸੇ ਨੂੰ ਸਿਹਾਰੀ, ਤਾਂ ਇਸਦਾ ਮਤਲਬ ਜਿਹੜੀ ਸਿਹਾਰੀ ਹੈ ਉਹ ਸੱਸੇ ਤੋਂ ਪਹਿਲਾਂ ਆਈ, ਠੀਕ ਹੈ, ਪਹਿਲਾਂ ਸਿਹਾਰੀ ਲੱਗੀ ਫਿਰ ਸੱਸਾ ਆਇਆ। ਤਾਂ ਜਿਹੜੀ ਇਹ ਫਿਰ ਉਸ ਤੋਂ ਬਾਅਦ ਹਾਹੇ ਨੂੰ ਕੰਨਾ, ਤਾਂ ਹਾਹਾ ਪਹਿਲਾਂ ਲਿਖਿਆ ਗਿਆ ਫਿਰ ਉਸਦੇ ਨਾਲ ਕੰਨਾ ਆਇਆ। ਬਿਹਾਰੀ ਰਾਰੇ ਨੂੰ ਬਿਹਾਰੀ, ਤਾਂ ਰਾਰਾ ਪਹਿਲਾਂ ਲਿਖਿਆ ਆਪਾਂ ਫਿਰ ਉਸਨੂੰ ਬਿਹਾਰੀ ਲਗਾਈ। ਇਸੇ ਤਰ੍ਹਾਂ ਥਰਡ ਆਪਸ਼ਨ ਦੇ ਵਿੱਚ ਦੱਦੇ ਨੂੰ ਅੰਕੜ, ਪਹਿਲਾਂ ਦੱਦਾ ਲਿਖਿਆ ਫਿਰ ਉਸਨੂੰ ਅੰਕੜ ਲਗਾਈ। ਲੱਲੇ ਨੂੰ ਦੁਲਾਵਾਂ, ਮਤਲਬ ਪਹਿਲਾਂ ਲੱਲਾ ਲਿਖ ਕੇ ਫਿਰ ਉਸਦੇ ਉੱਪਰ ਦੁਲਾਵਾਂ ਲਗਾਈਆਂ ਗਈਆਂ। ਤਾਂ ਜਿਹੜਾ ਫੋਰਥ ਆਪਸ਼ਨ ਹੈ ਉਸਦੇ ਵਿੱਚ ਕੰਨਾ ਲਿਖਿਆ ਗਿਆ, ਤਾਂ ਕੰਨਾ ਕੱਕੇ ਦੇ ਉੱਪਰ ਜਿਹੜੀ ਟਿੱਪੀ ਹੈ ਉਹ ਵੀ ਪਹਿਲਾਂ ਕੱਕਾ ਲਿਖਿਆ ਗਿਆ ਫਿਰ ਟਿੱਪੀ ਲਗਾਈ ਗਈ। ਉਸ ਤਰ੍ਹਾਂ ਨੰਨੇ ਨੂੰ ਕੰਨਾ, ਤਾਂ ਪਹਿਲਾਂ ਨੰਨਾ ਲਿਖਿਆ ਗਿਆ ਔਰ ਫਿਰ ਕੰਨਾ ਲਗਾਇਆ ਗਿਆ। ਤਾਂ ਇਸ ਤਰ੍ਹਾਂ ਇਹ ਜਿਹੜੇ ਸਾਰੇ ਆ ਇਹਨਾਂ ਦੇ ਵਿੱਚ ਪਹਿਲਾਂ ਅੱਖਰ ਲਿਖਿਆ ਜਾਂਦਾ, ਮਤਲਬ ਪਹਿਲਾਂ ਵਰਨ ਲਿਖਿਆ ਜਾਂਦਾ ਔਰ ਫਿਰ ਜਿਹੜੀ ਲਗਾ ਮਾਤਰਾ ਲੱਗਦੀ ਹੈ। ਪਰ ਇੱਕ ਸਿਹਾਰੀ ਜਿਹੜਾ ਉਹ ਇਹੋ ਜਿਹਾ ਹੈ ਕਿ ਪਹਿਲਾਂ ਆਪਾਂ ਸਿਹਾਰੀ ਲਿਖਦੇ ਹਾਂ, ਮਤਲਬ ਸਿਹਾਰੀ ਜਿਹੜੀ ਉਹ ਅੱਖਰ ਤੋਂ ਪਹਿਲਾਂ ਆਉਂਦੀ ਹੈ ਔਰ ਫਿਰ ਉਸ ਤੋਂ ਬਾਅਦ ਅੱਖਰ ਲਿਖਿਆ ਜਾਂਦਾ ਹੈ। ਜਿਵੇਂ ਬਿਹਾਰੀ ਅੱਖਰ ਤੋਂ ਬਾਅਦ 'ਚ ਆਈ ਨਾ, ਪਹਿਲਾਂ ਅੱਖਰ ਆ ਗਿਆ ਫਿਰ ਬਿਹਾਰੀ ਆਈ, ਉਸੇ ਤਰ੍ਹਾਂ ਪਹਿਲਾਂ ਸਿਹਾਰੀ ਜਿਹੜੀ ਆ ਉਹ ਪਹਿਲਾਂ ਆਈ ਹੈ ਫਿਰ ਅੱਖਰ ਆਇਆ। ਇਸੇ ਤਰ੍ਹਾਂ ਬਾਕੀ ਸਾਰੀਆਂ ਲਗਾ ਜਿਹੜੀਆਂ ਲਗਾ ਮਾਤਰਾ ਆਪਣੀਆਂ ਹੈ ਜਾਂ ਲਗਾਖਰ ਹੈ ਉਹ ਪਹਿਲਾਂ ਆਪਣੇ ਅੱਖਰ ਲਿਖਿਆ ਜਾਂਦਾ, ਵਰਨ ਲਿਖਿਆ ਜਾਂਦਾ, ਉਸ ਤੋਂ ਬਾਅਦ ਉਹ ਲੱਗਦੀ ਹੈ, ਠੀਕ ਹੈ। ਇੱਕ ਸਿਹਾਰੀ ਸਿਰਫ ਇੱਕੋ ਇਹੋ ਜਿਹੀ ਲਗਾ ਮਾਤਰਾ ਹੈ ਜਿਹੜੀ ਪਹਿਲਾਂ ਜਿਹੜੀ ਹੈ ਲੱਗਦੀ ਹੈ ਔਰ ਫਿਰ ਅੱਖਰ ਲਿਖਿਆ ਜਾਂਦਾ, ਮਤਲਬ ਵਰਨ ਤੋਂ ਪਹਿਲਾਂ ਲੱਗਦੀ ਹੈ। ਤਾਂ ਆਪਣਾ ਆਪਸ਼ਨ ਆੜਾ ਸਿਹਾਰੀ ਇਸਦਾ ਸਹੀ ਆਂਸਰ ਹੈ। ਅੱਗੇ ਆ ਗਿਆ ਪ੍ਰਸ਼ਨ ਨੰਬਰ 24th, ਫੁੱਲ ਸ਼ਬਦ ਦਾ ਸਹੀ ਅਰਥ ਦੱਸੋ। ਆਪਸ਼ਨ ਹੈ ਕਵਿਤਾ ਦਾ ਇੱਕ ਰੂਪ, ਆਪਸ਼ਨ ਆੜਾ, ਉੱਗਣਾ, ਆਪਸ਼ਨ ਈੜੀ, ਇੱਕ ਗੋਤ, ਆਪਸ਼ਨ ਸੱਸਾ, ਹੱਡੀਆਂ। ਤਾਂ ਇਸ ਦੇ ਵਿੱਚ ਜਿਹੜਾ ਸਹੀ ਅਰਥ ਹੈ ਫੁੱਲ ਦਾ ਉਹ ਹੈ ਜੀ ਆਪਸ਼ਨ ਸੱਸਾ, ਹੱਡੀਆਂ। ਜਦੋਂ ਕਿਸੇ ਦੀ ਡੈਥ ਹੋ ਜਾਂਦੀ ਹੈ ਤਾਂ ਬੋਲਦੇ ਆ ਨਾ ਕਿ ਉਸ 'ਤੇ ਫੁੱਲ ਚੁਗਣ ਜਾਣਾ ਜਾਂ ਉਸ 'ਤੇ ਫੁੱਲ ਪਾਉਣ ਜਾਣਾ, ਤਾਂ ਉਹ ਫੁੱਲ ਦਾ ਮਤਲਬ ਕੀ ਹੁੰਦਾ ਉੱਤੇ ਹੱਡੀਆਂ। ਤਾਂ ਇਹ ਆਪਸ਼ਨ ਜਿਹੜੇ ਆਪਾਂ ਨੂੰ ਆਪਸ਼ਨ ਦਿੱਤੇ ਗਏ ਇਹਨਾਂ ਦੇ ਵਿੱਚ ਜਿਹੜਾ ਫੁੱਲ ਦਾ ਸਹੀ ਅਰਥ ਹੈ ਉਹ ਹੈ ਜੀ ਹੱਡੀਆਂ, ਠੀਕ ਹੈ ਜੀ। ਅੱਗੇ ਪ੍ਰਸ਼ਨ ਨੰਬਰ 25 ਆਪਣਾ ਅੱਜ ਦਾ ਲਾਸਟ ਕੁਸ਼ਚਨ ਹੈ, ਜਿਸ ਦੇ ਵਿੱਚ ਆਪਾਂ ਸ਼ੁੱਧ ਸ਼ਬਦ ਚੁਣਨਾ ਹੈ। ਆਪਸ਼ਨ ਦੇ ਵਿੱਚ ਫਸਟ ਹੈ ਜੀ ਪੰਚਾਇਤ, ਆਪਸ਼ਨ ਆੜਾ ਹੈ, ਪੰਚਾਇਤ, ਆਪਸ਼ਨ ਈੜੀ ਹੈ, ਪੰਚਾਇਤ ਔਰ ਆਪਸ਼ਨ ਸੱਸਾ ਹੈ ਪੰਚਾਇਤ। ਤਾਂ ਜਿਹੜਾ ਸਹੀ ਸ਼ਬਦ ਜੋੜ ਹੁੰਦਾ ਹੈ, ਜਿਹੜਾ ਜਿਵੇਂ ਸਹੀ ਜਿਹੜੇ ਸਪੈਲਿੰਗ ਲਿਖੇ ਜਾਂਦੇ ਆ ਪੰਚਾਇਤ ਦੇ, ਉਹ ਹੁੰਦੇ ਜੀ ਆਪਸ਼ਨ ਸੱਸਾ, ਪੰਚਾਇਤ, ਠੀਕ ਹੈ। ਬਾਕੀ ਸਾਰੇ ਤੁਹਾਨੂੰ ਪਤਾ ਹੀ ਹੈ ਕਿ ਗਲਤ ਹੈ, ਕਿਉਂਕਿ ਨਾਣੀ ਦੇ ਨਾਲ ਕਦੇ ਵੀ ਪੰਚਾਇਤ ਆਪਾਂ ਕਿਤੇ ਲਿਖਿਆ ਨਹੀਂ ਦੇਖਿਆ। ਤਾਂ ਜਿਹੜਾ ਆਪਸ਼ਨ ਸੱਸਾ ਉਹ ਆਪਣਾ ਸਹੀ ਉੱਤਰ ਹੈ। ਤਾਂ ਇਹ ਸੀ ਜੀ ਆਪਣਾ ਅੱਜ ਦੇ ਪ੍ਰਸ਼ਨ ਅੱਜ ਦੇ ਸੈਸ਼ਨ ਦੇ ਵਿੱਚ। ਉਮੀਦ ਕਰਦੀ ਹਾਂ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਊਗਾ। ਸੈਸ਼ਨ ਪਸੰਦ ਆਇਆ ਤਾਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ, ਵੱਧ ਤੋਂ ਵੱਧ ਲਾਈਕ ਕਰੋ। ਜਿੱਥੇ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਉੱਥੇ ਸ਼ੇਅਰ ਕਰੋ, ਚਾਹੇ ਤੁਹਾਡਾ ਕੋਈ ਦੋਸਤ ਹੈ, ਰਿਸ਼ਤੇਦਾਰ ਹੈ, ਮਿੱਤਰ ਹੈ, ਜੋ ਵੀ ਤੁਹਾਨੂੰ ਲੱਗਦਾ ਕਿ ਆਪਣੀ ਕਿਸੇ ਵੀ ਇਗਜ਼ਾਮ ਦੀ ਤਿਆਰੀ ਕਰ ਰਿਹਾ, ਪੜ੍ਹ ਰਿਹਾ, ਠੀਕ ਹੈ, ਤਾਂ ਉਸਦੇ ਤੱਕ ਇਹ ਜਿਹੜੀ ਵੀਡੀਓਜ਼ ਹੈ, ਜਿਹੜੀਆਂ ਇਨਫੋਰਮੇਸ਼ਨਸ ਹੈ, ਲੈਕਚਰਸ ਆ, ਉਹ ਵੱਧ ਤੋਂ ਵੱਧ ਸ਼ੇਅਰ ਕਰਕੇ ਪਹੁੰਚਾ ਦਿਆ ਕਰੋ, ਤਾਂ ਕਿ ਉਹਨਾਂ ਤੱਕ ਵੀ, ਉਹਨਾਂ ਨੂੰ ਵੀ ਇਹ ਜਿਹੜੀ ਹੈ ਇਨਫੋਰਮੇਸ਼ਨ ਉਹ ਮਿਲ ਸਕੇ। ਇਹਨਾਂ ਸਾਰੇ ਕੁਸ਼ਚਨ ਦੇ ਆਨਸਰਸ ਤੁਹਾਨੂੰ ਇਸ ਸਲਾਈਡ 'ਤੇ ਮਿਲ ਜਾਣਗੇ, ਤੁਸੀਂ ਆਪਣੇ ਆਨਸਰਸ ਦੇ ਨਾਲ ਇਹ ਆਨਸਰਸ ਮੈਚ ਕਰ ਸਕਦੇ ਹੋ।
ਅੱਜ ਦੇ ਸੈਸ਼ਨ ਦੇ ਵਿੱਚ ਬਸ ਇੰਨਾ ਹੀ, ਕੱਲ ਮਿਲਾਂਗੇ ਸੇਮ ਟੌਪਿਕ ਦੇ ਵਿੱਚ ਨਵੇਂ ਕੁਐਸਚਨਸ ਦੇ ਨਾਲ, ਠੀਕ ਹੈ, ਨਵੀਂ ਕਲਾਸ ਦੇ ਵਿੱਚ। ਤਦ ਤੱਕ ਲਈ ਪੜ੍ਹਦੇ ਰਹੋ, ਆਪਣੀ ਤਿਆਰੀ ਕਰਦੇ ਰਹੋ, ਮਿਹਨਤ ਕਰਦੇ ਰਹੋ। ਧੰਨਵਾਦ।